किसान भराओ, मैं नवतेज सिंह छगलवड्डी, बाल खेती स्टोर छगलवड्डी, बाल खेती स्टोर डेरीवाड़, बाल खेती स्टोर धारण। सो भराओ, मैं अज दोबारे तो खेतीबाड़ी नाल संबंधित एक मसला लैके आप जी के सामने हो रहा है। सब तो पहला मैं बेनती करूँगा, आपां किसान भरावां दी सुविधा लई ते अपनी गल किसान वीर तक पहुँचाउण लई एक यूट्यूब ते चैनल शुरू किया है बाल खेती दे स्टोर दे नाल दा। मैं अपने किसान भरावां नूं बेनती करूँगा कि वध तों वध किसान भरा मेरे नाल मेरे यूट्यूब चैनल ते जुड़न, उहदे थ्रू खेतीबाड़ी संबंधी लेटैसट अपडेट मसले ते उहनां दे संबंध विच उहनां दे हल मैं तुहाडे तक पहुँचाउंदा रहिंदा। अज का जिहड़ा मेजर मसला है वह हैगा जी, किसान भरावां दे पिछले पांच दिन तो बहुत फोन आए आ भी झोने दे विच फोक बहुत ज़्यादा आ गई आ, झोने दे विच दाणे घट आ, फोक ज़्यादा आ। वह मसला क्यों शुरू होया ते उहदा हल की आ, आपां उहदे बारे आउण वाले 6-7 मिनट दे विच गल करनी। हो सकदा वीडियो ये थोड़ी वीडियो लंबी हो जाए, पर आपां ये सुननी आ ते इहनूं विचारना, जो भी मैं गिणतियां मिणतियां तुहाडे नाल सांझियां करूँगा। पिछले लगातार 4 दिन तो मैं जिमीदार भरावां दीआं वट्टां ते जा जा के मेजर मसला है 1509 कवेरी 468 4 जिन्हां किसान वीरां ने इन्हां नूं 4 तरीक तो लैके 11 तरीक दे विच विच गेते पीरियड च जिहड़ा झोना है लगा है उहदे विच मिसिंग आ ते काफ़ी वड्डी मिसिंग आ। जिन्हां ने 11 तो बाद च 1509 कवेरी 468 4 जां 127 126 लाया वा उहदे विच ਇਹ ਪ੍ਰੋਬਲਮ ਬਹੁਤ ਜ਼ਿਆਦਾ ਘੱਟ ਆ ਜਾਂ ਮਾਈਨਰ ਆ ਜਾਂ ਜਿੱਦਾਂ ਪਿਛਲੇ ਸਾਲਾਂ 'ਚ ਨੋਰਮਲ ਫਰਕ ਹੁੰਦੀ ਆ ਉੱਦਾਂ ਹੀ ਆ। ਜ਼ਿਆਦਾ ਵੱਡਾ ਜਿਹੜਾ ਰੌਲਾ ਵਾ ਉਹ ਹੈਗਾ 1509 ਦਾ ਅਤੇ ਕਵੇਰੀ 468। ਆਪਾਂ ਪਹਿਲਾਂ ਗੱਲ ਕਰਾਂਗੇ 1509 ਦੀ। ਕਿਸਾਨ ਭਰਾਓ, ਜੋ ਅਸੀਂ ਕਿਸਾਨ ਵੀਰਾਂ ਦੇ ਨਾਲ ਆਉਂਦੀਆਂ ਵੱਟਾਂ 'ਤੇ ਜਾ ਕੇ ਖੇਤਾਂ ਦੇ ਵਿੱਚ ਵੇਖਿਆ ਵੀ 1509 ਦੇ ਵਿੱਚ ਜਿਹੜੀ ਮੁੰਜਰ ਆ ਉਸ ਮੁੰਜਰ ਦੇ ਵਿੱਚ ਐਵਰੇਜ 100 ਦਾਣਾ ਆਉਂਦਾ, ਕਿਸੇ ਮੁੰਜਰ ਦੇ ਵਿੱਚ 80 ਦਾਣੇ ਆ ਅਤੇ ਕਿਸੇ ਮੁੰਜਰ ਦੇ ਵਿੱਚ 135 ਦਾਣੇ ਆ। 35 ਅਤੇ 20 55 ਦਾ ਅੱਧ ਕਰਾਂਗੇ 28 ਦਾਣੇ ਬਣਨੇ ਆ, ਉਹਨੂੰ 80 'ਚ ਪਾ ਦਾਂਗੇ ਅਤੇ 108 ਦਾਣੇ ਬਣਦੇ। ਉਹਦੇ ਵਿੱਚ ਹੀ ਚੰਗੇ ਦਾਣੇ ਆ, ਉਹਦੇ ਵਿੱਚ ਹੀ ਮਿਸ ਦਾਣੇ ਆ। ਐਵਰੇਜ ਅਸੀਂ ਕੱਢੀਏ ਜੀ ਸਾਰੇ ਦੀ, ਕਿਸੇ ਚੰਗੇ ਖੇਤ ਦੀ ਕਿਸੇ ਬਹੁਤ ਭਾਰੇ ਖੇਤ 100 ਦਾਣੇ ਦੀ ਐਵਰੇਜ ਆ, ਉਹਦੇ ਵਿੱਚ ਮਿਸ ਵੀ ਆ ਅਤੇ ਉਹਦੇ ਵਿੱਚ ਚੰਗੇ ਵੀ ਆ। 1509 ਦਾ 100 ਦਾਣਾ ਠੀਕ ਹੈ ਜੀ, ਉਹਦੇ ਵਿੱਚ ਆਪਾਂ ਮਿਸ ਦਾਣਿਆਂ ਦੀ ਗਿਣਤੀ ਕੱਢੀ ਆ 35, 37, 36, ਜਾਣੀ ਕਿ ਕਿਸੇ ਦੇ ਖੇਤ ਦੇ ਵਿੱਚ 55 ਦਾਣੇ ਮਚੋਰ ਹੋ ਰਹੇ ਆ ਅਤੇ ਕਿਸੇ ਦੇ ਖੇਤ ਦੇ ਵਿੱਚ 65, 67 ਦਾਣੇ ਬਣ ਰਹੇ ਆ, ਬਹੁਤ ਵੱਡੀ ਮਿਸਿੰਗ ਆ। ਅਤੇ ਜੋ ਅਸੀਂ ਜ਼ਿਮੀਂਦਾਰ ਦੇ ਨਾਲ ਜ਼ਿਮੀਂਦਾਰ ਦੀ ਵੱਟ 'ਤੇ ਬਲੋ ਕੇ ਅੰਕੜੇ ਕੱਢੇ ਐਸ ਤਾਂ ਐਵਰੇਜ ਗੇਤੇ ਦੀ ਜਿਨ੍ਹਾਂ ਨੇ 4 ਤੋਂ ਲੈ ਕੇ 11 ਤੱਕ 1509 ਲਾਈ ਆ, ਕਿਸਾਨ ਭਰਾ ਉਹਦਾ ਝਾੜ ਘਟਣਾ ਜੇ ਐਵਰੇਜ ਰਹਿਣੀ ਉਹਦੀ 15 ਕੁਇੰਟਲ, ਕਿਸੇ ਦੀ 13 ਰਹੂ ਕਿਸੇ ਦੀ 17 ਰਹੂ। ਉਹ ਤੋਂ ਬਾਅਦ 'ਚ ਆਪਾਂ ਗੱਲ ਕਰਦੇ ਹਾਂ ਕਵੇਰੀ 468। ਕਵੇਰੀ 468 ਦੇ ਮੇਰੇ ਸਾਹਮਣੇ ਹੁਣ ਵੀ ਆ 4 ਢੇਰੀਆਂ ਦਾਣਿਆਂ ਦੀਆਂ ਪਈਆਂ। ਮੇਰੇ ਨਾਲ ਧਾਰਣ ਤੋਂ ਮੇਰੇ ਵੀਰ ਜੀ ਗੁਰਪ੍ਰੀਤ ਸਿੰਘ ਜੀ, ਨਾਲ ਭੈਣੀ ਸਿਰਵਾਂ ਤੋਂ ਆ, ਭਾਜੀ ਕੰਗਾਂ ਤੋਂ, ਇਹ ਸਾਰੇ ਜ਼ਿਮੀਂਦਾਰ ਭਰਾ ਵਾ। ਇਹਨਾਂ ਦੇ ਆਉਣ ਤੋਂ ਪਹਿਲਾਂ ਭਾਜੀ ਦੀ ਪੈਲੀ 'ਚੋਂ ਆਪਾਂ 4 ਮੁੰਜਰਾਂ ਲਿਆਉਂਦੀਆਂ ਵਾਂ ਕਵੇਰੀ 468 ਦੀਆਂ, ਇਹਨਾਂ ਨੇ ਗਿਣਿਆ ਪਿਛਲੇ ਸਾਲ ਇਹਨਾਂ ਵੀਰਾਂ ਦਾ ਹੀ ਝੋਨਾ 36 ਕੁਇੰਟਲ ਤੋਂ ਬਾਹਰ ਨਿਕਲਿਆ ਸੀ, ਉਸੇ ਪੈਲੀ 'ਚੋਂ ਐਰਕਾਂ ਮੁੰਜਰਾਂ ਲਿਆਉਂਦੀਆਂ, ਪਰ ਇਸ ਵਾਰ ਪਿਛਲੇ ਟਾਈਮ ਨੂੰ ਇਹਨਾਂ ਨੇ ਝੋਨਾ ਇਹ ਗੇਤਾ ਲਾਇਆ ਅਤੇ ਮਿਸਿੰਗ ਆ। 114 ਦਾਣੇ, 250 ਦਾਣਾ, 169 ਦਾਣੇ ਅਤੇ 201 ਦਾਣੇ, 4 ਮੁੰਜਰਾਂ ਦੀ ਐਵਰੇਜ ਕੱਢੀਏ ਇਹ 734-735 ਦਾਣੇ ਬਣਦੇ ਆ। ਮੈਂ ਦੁਬਾਰੇ ਬੋਲਦਾ ਅਤੇ 183.5 ਜਾਣੀ ਕਿ 183-184 ਦਾਣੇ ਪੈਲੀ ਦੇ ਵਿੱਚ ਪੂਰੇ ਮਚੋਰ ਹੋ ਰਹੇ ਆ ਜਿਹੜੇ ਆਪਣੇ ਟਰਾਲੀ ਦੇ ਵਿੱਚ ਪੈਣੇ ਆ। ਪਰ ਇਹਦੇ ਵਿੱਚ ਹਾਲੇ ਕੁਝ ਦਾਣੇ ਇਹੋ ਜਿਹੇ ਜਿਹਨਾਂ ਦੇ ਵਿੱਚ ਬਹੁਤ ਮਾਈਨਰ ਜੀ ਮਿਲਕੀ ਗਿਆ, ਥੋੜ੍ਹਾ ਦੁੱਧ ਆ ਜਿਹੜੇ ਆਉਣ ਵਾਲੇ, ਕਿਉਂਕਿ ਝੋਨਾ ਭਾਜੀ ਹਾਲੇ 20-22 ਦਿਨ 'ਤੇ ਪੱਕ ਦਿੰਦਾ ਤੁਹਾਡਾ, ਉਹਦੇ ਵਿੱਚ ਹਾਲੇ ਮੈਂ ਸੋਚਦਾ ਪਹਿਲਾਂ ਦਾਣਿਆਂ ਦੇ ਵਿੱਚ ਹਰੇਕ ਮੁੰਜਰ ਦੇ ਵਿੱਚ 15-22-23 ਦਾਣੇ ਹੋਰ ਰਲਣੇ ਆ, ਕਿਉਂਕਿ ਉਹਨਾਂ ਦੇ ਵਿੱਚ ਥੋੜ੍ਹਾ ਦੁੱਧ ਆ ਹਾਲੇ, ਹਲਕਾ ਜਿਹਾ ਦੁੱਧ ਆ, ਉਹਨਾਂ ਨੇ ਮਚੋਰ ਹੋਣਾ ਵਾ, ਉਹਨਾਂ ਵੀ ਰਲਦੇ ਮਿਲਦੇ ਦਾਣਿਆਂ ਦੇ ਵਿੱਚ ਆ ਕੇ ਆਪਣੇ ਝਾੜ ਨੂੰ ਇਨਕਰੀਜ਼ ਕਰਨਾ। ਜੇ ਆਪਾਂ ਐਸੇ ਹੀ ਐਵਰੇਜ ਨੂੰ ਲੈ ਕੇ ਚੱਲਦੇ ਹਾਂ, ਅੱਜ ਤੋਂ 4-5 ਸਾਲ ਪਹਿਲਾਂ ਆਪਾਂ ਬਹੁਤ ਸਾਰਾ ਉਹ ਝੋਨਾ ਲਾਉਂਦੇ ਹਾਂ ਜਿਹਨੂੰ ਆਪਾਂ ਕਹਿੰਦੇ 147, ਹੁਣ 147 ਦਾ ਚਲਨ ਸਾਡੇ ਜ਼ਿਮੀਂਦਾਰ ਭਰਾਵਾਂ 'ਚ ਘੱਟ ਗਿਆ, ਹੋਰ ਵਰਾਇਟੀਆਂ ਨੇ 147 ਦੀ ਥਾਂ ਲੈ ਲਈ ਆ।
147 ਸਾਨੂੰ ਗੇਤੇ ਚ ਲੱਭਦੀ ਨਹੀਂ ਸੀ। ਅਸੀਂ 4-5 ਪਿੰਡ ਫੋਲ ਕੇ ਕੱਲ ਸਾਨੂੰ ਲੱਭੀ ਆ ਧੂਰ ਕੇ ਵੀਰਿਆ ਮਨੂ, ਉਹਦੀ ਪੈੜੀ 'ਚ ਅਸੀਂ 147 ਦੇ ਦਾਣੇ ਗਿਣੇ ਆ, ਮੁੰਜਰਾਂ ਵੱਖਰੇ ਵੱਖਰੇ ਥਾਂ ਤੋਂ ਤੋੜ ਕੇ। ਰੂੜੀ ਪੱਠੇ ਵਾਲੀ ਪੂਰੀ ਭਾਰੀ ਪੈਲੀ, ਮੇਰੀ ਧੌਣ ਹੀ ਨਜ਼ਰ ਆਉਂਦੀ ਨੱਕ, ਬਾਕੀ ਮੈਂ ਉਹ 'ਚ ਵੇਖਦਾ ਨਹੀਂ ਹਾਂ। ਮੇਰੀ 5.5 ਫੁੱਟ ਐਵਰੇਜ ਹਾਈਟ ਆ, ਮਤਲਬ ਤਕੜਾ ਝੋਨਾ ਸੀ। 180 ਦਾਣੇ ਐਵਰੇਜ ਨਿਕਲੇ ਭਰਾਓ, 180 ਦਾਣਿਆਂ ਦੇ ਵਿੱਚ 47 ਦਾ ਐਵਰੇਜ ਝਾੜ ਹੁੰਦਾ ਸੀ 27-30 ਕੁਇੰਟਲ, ਕਿਸੇ ਦੀ 31, ਕਿਸੇ ਦੀ 27, 28, 29 ਕੁਇੰਟਲ। ਉਸੇ ਐਵਰੇਜ ਨੂੰ ਮੁੱਖ ਰੱਖਦੇ ਹਾਲੇ ਕਿ ਕਵੇਰੀ 468 ਦਾ ਦਾਣਾ ਭਾਰਾ ਵਾ, ਇਹਦੇ ਦਾਣੇ ਦਾ ਵੇਟ ਕਰੋਗੇ 100 ਦਾਣੇ ਦਾ ਤੇ ਤੁਹਾਨੂੰ ਭਾਰਾ ਨਜ਼ਰ ਆਊਗਾ। ਅਦਰ ਕੰਪੀਟੀਟਰ ਜਿਹੜਾ ਇਹਦੇ 35-34 ਉਹਦਾ 100 ਦਾਣਾ ਤੋਲੋਗੇ ਤੇ ਉਹਦਾ ਭਾਰ ਘੱਟ ਨਜ਼ਰ ਆਊਗਾ। ਇਹ ਵੀ ਇੱਕ ਵੰਡਾਲੇ ਦਾ ਮੇਰਾ ਵੀਰ ਫਾਰਮਰ, ਉਹਨੇ ਇੱਕ ਇੱਕ ਮੁੰਜਰ ਤੋੜੀ ਆ, ਦਾਣੇ ਗਿਣੇ ਆ। ਕਵੇਰੀ 468 ਦੇ ਦਾਣੇ 8 ਗ੍ਰਾਮ ਹੋਏ ਆ ਤੇ 35-34 ਦੇ ਦਾਣੇ 6 ਗ੍ਰਾਮ ਹੋਏ ਆ, ਠੀਕ ਆ ਜੀ। ਹੁਣ ਆਪਾਂ ਗੱਲ ਕਰਦੇ ਹਾਂ ਐਵਰੇਜ ਦਾਣਿਆਂ ਦੀ। ਕਵੇਰੀ 468 ਦੇ ਵਿੱਚ ਐਵਰੇਜ ਦਾਣੇ 380 ਆ, ਕਿਸੇ ਪੈਲੀ ਦੇ ਵਿੱਚ 340 ਦਾਣੇ ਆ, ਕਿਸੇ ਪੈਲੀ ਦੇ ਵਿੱਚ 435 ਦਾਣੇ ਆ। ਇਹ ਗਿਣਤੀ ਮਿਣਤੀ ਆਪਣੀ ਹੋਈ ਆ ਭੱਟੀ ਕੇ ਏਰੀਏ 'ਚ, ਭੱਟੀ ਕੇ ਸੈਦਪੁਰ ਏਰੀਏ ਦੇ ਵਿੱਚ ਜ਼ਿਮੀਂਦਾਰਾਂ ਦੇ ਨਾਲ ਲੈ ਕੇ ਉਹਨਾਂ ਦੀਆਂ ਵੱਟਾਂ ਤੇ ਬਹਿ ਕੇ ਪਹਿਆਂ ਦੇ ਚੌਂਕੜੇ ਮਾਰ ਕੇ ਅਖਬਾਰਾਂ ਵਿਛਾ ਕੇ ਆਪਾਂ ਜ਼ਿਮੀਂਦਾਰਾਂ ਦੇ ਸਾਹਮਣੇ ਦਾਣੇ ਗਿਣੇ ਆ। ਮਤਲਬ ਪ੍ਰੋਬਲਮ ਹੈਗੀ ਆ, ਪਰ ਹੈਗੀ ਕਿਹਦੇ ਪੀਰੀਅਡ 'ਚ? ਉਸ ਤੋਂ ਬਾਅਦ ਵਾਲੇ ਪੀਰੀਅਡ 'ਚ ਜਿਹਨਾਂ 11-12-13-14 ਨੂੰ ਲਾਇਆ ਵਾ ਉਹਨਾਂ ਦੇ ਪ੍ਰੋਬਲਮ ਬਹੁਤ ਘੱਟ ਆ। ਪਰ ਕਿਸਾਨ ਭਰਾਵਾਂ ਨੇ ਇੱਕ ਦੂਜੇ ਨੂੰ ਫੋਨ ਕਰ ਕਰਕੇ ਬਹੁਤ ਜ਼ਿਆਦਾ ਨੈਗੇਟਿਵ ਕਰਤਾ ਵਾ ਝੋਨੇ ਪ੍ਰਤੀ, ਵੀ ਝੋਨੇ 'ਚ ਤਾਂ ਦਾਣੇ ਹੈ ਨਹੀਂ ਆ। ਕੱਲ੍ਹ ਮੈਂ ਮੀਂਹਵੇਂ ਝੋਨਾ ਵੇਖਿਆ, ਅਲੋਵਾਲ ਝੋਨਾ ਵੇਖਿਆ, ਚੱਕ ਕਰੇਗਾ ਝੋਨਾ ਵੇਖਿਆ ਵਾ। ਪਹਿਲਾਂ ਸਰਦਾਰ ਬਲਵਿੰਦਰ ਸਿੰਘ ਕਿ ਮੀਂਹਵੇਂ ਵੇਖਿਆ, ਉਹਨਾਂ ਦੇ ਐਵਰੇਜ 165-170 ਦਾਣੇ ਆ ਰਹੇ। ਉਹਨਾਂ ਨੇ ਵੀ 4-5 ਤਰੀਕ ਜਾਂ 6 ਤਰੀਕ ਨੂੰ ਇੱਥੇ ਝੋਨਾ ਲਾਇਆ, 3.5 ਕਿੱਲੇ ਦਾ ਪਲਾਟ ਸੀ। ਉਹ ਤੋਂ ਬਾਅਦ ਉੱਥੇ ਬਲ ਪਰਿਵਾਰ ਆ, ਪਰਮਜੀਤ ਬਲ, ਜਰਨੈਲ ਬਲ, ਸਤਨਾਮ ਮੀਰ ਸੀ ਨਾਲ, ਉਹਨਾਂ ਇੱਕ ਮੁੰਜਰ ਫੜ ਕੇ ਲਿਆਂਦੀ ਵੀ ਝੋਨੇ 'ਚ ਦਾਣੇ ਹੈ ਨਹੀਂ। ਉਹਦੇ ਵਿੱਚ ਵੀਡੀਓ 225 ਦਾਣੇ ਨਿਕਲੇ, ਮੇਰੀ ਗੱਡੀ ਦੇ ਬੋਨਟ 'ਤੇ ਰੱਖ ਕੇ ਗਿਣੇ ਆ, ਉਹਨਾਂ ਵੀਡੀਓ ਵੇਖ ਵੀ ਲੈਣੀ। ਉਸ ਤੋਂ ਬਾਅਦ ਸ਼ਾਮੀ ਮੈਂ ਚੱਕ ਕਰੇ ਖਾਂ ਸੀ, ਸਾਡੇ ਬਹੁਤ ਹੀ ਸਤਿਕਾਰਯੋਗ ਉੱਥੋਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਮੈਂਬਰ ਸਰਦਾਰ ਲਖਵਿੰਦਰ ਸਿੰਘ ਹੋਣਾ ਨੂੰ ਸੱਦਿਆ ਸੀ। ਉਹਨਾਂ ਦਾ ਝੋਨਾ 11 ਤਰੀਕ ਤੋਂ ਬਾਅਦ 'ਚ ਲੱਗਾ, ਉਹ ਤਾਂ ਕੋਈ ਪ੍ਰੋਬਲਮ ਨਹੀਂ ਸੀ। ਉਹਨਾਂ ਦੇ ਪਿੰਡ ਹੀ ਇੱਕ ਪਲਾਟ ਦੇ ਵਿੱਚ ਪ੍ਰੋਬਲਮ ਸੀ, ਪਰ ਉਹ ਵੀ ਝੋਨਾ 25.5 ਤੋਂ ਲੈ ਕੇ 28 ਕੁਇੰਟਲ ਨਿਕਲਣਾ ਵਾ। ਜਿਹੜੀ ਮੁੰਜਰ ਮੈਂ ਗਿਣੀ ਆ ਉਹਦੇ ਵਿੱਚ 144 ਮਚੋਰ ਦਾਣੇ ਅਤੇ 19-24 ਦਾਣੇ ਇਹੋ ਜਿਹੜੇ ਹਲਕੇ ਮਿਲਕਿੰਗ ਸਟੇਜ 'ਚ ਸੀ, ਹਾਲੇ ਉਹਨੇ ਟਾਈਮ ਲੈਣਾ। ਇਸ ਵੇਲੇ ਵੀਰਿਓ ਸਭ ਤੋਂ ਵੱਡੀ ਸਮੱਸਿਆ ਗੁਰਪ੍ਰੀਤ ਵੀਰ ਨੇ 2 ਸਪਰੇਆਂ ਝੋਨੇ ਨੂੰ ਕੀਤੀਆਂ ਅਤੇ ਮੈਂ ਅੱਜ ਇਹਨਾਂ ਦੇ ਨਾਲ ਪੈਲੀ 'ਚ ਗਿਆ ਵਾਂ। ਭਾਵੇਂ ਕਿ ਮੇਰੇ ਵੀਰ ਨੇ ਮੇਰੇ ਕੋਲ ਸਪਰੇਆਂ ਨਹੀਂ ਕੜੀਆਂ, ਪਰ ਸੀਤ ਬਲਾਈਟ ਬਿਫੋਰ ਬਾਰਿਸ਼, 2 ਮੀਂਹ ਪੈ ਗਏ, ਉਹ ਤੋਂ ਬਾਅਦ ਸੀਤ ਬਲਾਈਟ ਦੁਬਾਰੇ ਤੋਂ ਐਕਟਿਵ ਹੋ ਗਈ ਆ ਅਤੇ ਪੈਰਾਂ ਦੇ ਵਿੱਚ ਤੇਲਾ ਆ ਗਿਆ, ਤੇਲਾ ਵੀ ਭਾਜੀ ਨੂੰ ਵਿਖਾ ਦਿੱਤਾ। ਜਿਹਨੇ ਆਉਣ ਵਾਲੇ 25 ਦਿਨ ਆਪਣੀ 1509 ਤੇਲੇ ਤੋਂ ਬਚਾ ਲਈ, ਕਵੇਰੀ 468 ਸੀਥ ਬਲਾਈਟ ਤੇਲੇ ਤੋਂ ਬਚਾ ਲਿਆ, 35-34 ਜਿਹੜੇ ਗੇਤੇ ਲੱਗੇ ਆ, 126 ਸਾਨੂੰ ਲੱਭੀ ਨਹੀਂ ਕਿਤੇ ਗੇਤੀ, ਉਹਦਾ ਵੀ ਤੁਹਾਨੂੰ ਦਿਹਾੜਾ ਵਿੱਚ ਅੰਕੜਾ ਕੱਢ ਕੇ ਦੇ ਦਾਂਗੇ। ਸੋ ਵੀਰਿਓ ਬਹੁਤਾ ਘਾਬਰਨ ਵਾਲੀ ਗੱਲ ਨਹੀਂ ਹੈਗੀ, ਇਹ ਮਰਦਾ ਮਰਦਾ ਵੀ ਝੋਨਾ ਤੁਹਾਡਾ ਜਿਹੜਾ ਹਾਈਬ੍ਰਿਡ ਤੁਸੀਂ ਲਾਇਆ ਵਾ ਇਹ 27-28 ਕੁਇੰਟਲ 30 ਕੁਇੰਟਲ ਨੂੰ ਇਹਨੇ ਟੱਚ ਕਰ ਜਾਣਾ, ਬਹੁਤ ਜ਼ਿਆਦਾ ਕਿਸੇ ਵੀਰ ਦਾ ਪੱਕਿਆ। ਜਿੱਦਾਂ ਸਾਡੇ ਬਹੁਤ ਹੀ ਸਤਿਕਾਰਯੋਗ ਸਾਬਕਾ ਸਰਪੰਚ ਸਰਦਾਰ ਬਲਕਾਰ ਸਿੰਘ ਜੀ, ਕੱਲ੍ਹ ਸਾਡੇ ਕੋਲ ਡੇਰੀ ਆਲ ਵਾਲੀ ਦੁਕਾਨ 'ਤੇ ਆਏ ਸੀ ਇੱਕ ਮੁੰਜਰ ਲੈ ਕੇ, ਉਹਨਾਂ ਦੀ ਉਸ ਮੁੰਜਰ 'ਚੋਂ 171 ਮਚੋਰ ਦਾਣੇ ਨਿਕਲੇ ਅਤੇ ਝੋਨਾ 15 ਦਿਨ 'ਚ ਵੱਢਣ ਵਾਲਾ। ਸਾਬਕਾ ਸਰਪੰਚ ਭੱਟੀ ਕੇ ਤੋਂ ਸਰਦਾਰ ਪਰਮਜੀਤ ਸਿੰਘ ਜੀ, ਉਹਨਾਂ ਵੀ ਉੱਥੇ ਲਾਇਆ, 5-6-7 ਤਰੀਕ ਲਾਗੇ ਲਾਇਆ ਵਾ। ਉਹਨਾਂ ਦਾ ਝੋਨਾ ਵੀ ਅਸੀਂ ਸਾਰਾ ਵੇਖਿਆ ਵਾ, 28 ਨਿਕਲਾਵੇ, 28.5 ਨਿਕਲਾਵੇ, 27 ਨਿਕਲਾਵੇ, ਉਹ ਤੋਂ ਥੱਲੇ ਉਹਨੇ ਨਹੀਂ ਜਾਣਾ। ਇੱਕ ਝੋਨਾ ਆਪਾਂ ਡੇਰੀ ਵਾਲ ਕੇਰਿਆ ਵੇਖਿਆ ਵਾ, ਕੇਰਿਆ ਝੋਨਾ ਜਿਹੜਾ ਕਿ 12-15 ਦਿਨ 'ਚ ਵੱਢਿਆ ਜਾਣਾ, ਉਹਦਾ ਝਾੜ 31-32 ਕੁਇੰਟਲ ਗੇਤੇ ਦਾ ਆ ਜਾਣਾ। ਬਹੁਤ ਸੋਹਣੇ ਝੋਨੇ ਆ ਭਰਾਓ, ਜਿੰਨਾ ਇਸ ਵੇਲੇ ਡੈਮੇਜ ਖੂਨਾਂ ਦੇ ਇੱਕ ਦੂਜੇ ਨੂੰ ਦੱਸਿਆ ਗਿਆ, ਉਹਨਾਂ ਡੈਮੇਜ ਹੈ ਨਹੀਂ ਆ। ਮੇਰੇ ਵੀਰ ਆਪੋ ਆਪਣੀਆਂ ਪੈਲੀਆਂ 'ਚ ਜਾਓ, ਜਾ ਕੇ ਸਾਰੀ ਮੁੰਜਰ ਗਿਣੋ, ਸਾਰੀ ਮੁੰਜਰ ਗਿਣ ਤੋਂ ਬਾਅਦ 'ਚ ਥੋਕ ਵਾਲੇ ਅਤੇ ਸਾਂਝੇ ਦਾਣੇ ਗਿਣੋ, ਫਿਰ ਵੇਖੋ ਕਿ ਜਿਹੜੇ ਚੰਗੇ ਦਾਣੇ ਤੁਹਾਡੀ ਝੋਲੀ 'ਚ ਪੈਣੇ ਆ, ਟਰਾਲੀ 'ਚ ਪੈਣੇ, ਉਹ ਕਿੰਨੇ ਆ। ਜੇ ਉਹ ਤੁਹਾਡੇ ਦਾਣੇ 180-90-200 ਹੋ ਗਏ ਤਾਂ ਤੁਹਾਨੂੰ ਘਾਬਰਨ ਦੀ ਲੋੜ ਨਹੀਂ ਹੈਗੀ, ਜਿਨ੍ਹਾਂ ਨੇ 4 ਤਰੀਕ ਤੋਂ ਲੈ ਕੇ 11 ਤਰੀਕ ਤੱਕ ਲਾਇਆ। ਸੋ ਕਿਸਾਨ ਭਰਾਓ ਘਾਬਰੋ ਨਾ, ਆਪਣੀਆਂ ਪੈਲੀਆਂ 'ਚ ਜਾ ਕੇ ਪਹਿਲਾਂ ਝੋਨੇ ਦੀ ਫੁਟਾਰ ਵੇਖੋ। ਹਾਂ ਮੈਂ ਫੁਟਾਰ ਦੀ ਵੀ ਗੱਲ ਕਰਦੇ ਹਾਂ, ਕਈ ਕਹਿੰਦੇ ਸਾਵੇ ਦੀ ਫੁਟਾਰ ਜ਼ਿਆਦਾ ਆ, ਕਵੇਰੀ ਦੀ ਫੁਟਾਰ ਘੱਟ ਆ। ਆਪਾਂ ਸੰਦੀਪ ਸਿੰਘ ਹੋਣੀ ਮੇਰੇ ਵੀਰ ਖੇਲੇ ਪਿੰਡ ਤੋਂ, ਪਰਸੋਂ ਸ਼ਾਮੀ ਮੈਂ ਉਹਨਾਂ ਦੇ ਨਾਲ ਵੱਟ ਦੇ ਨਾਲ ਵੱਟ ਸਾਂਝੀ ਆ, ਸਾਵੇ ਦੀ ਫੁਟਾਰ ਵੀ ਵੇਖੀ ਆ ਅਤੇ ਕਵੇਰੀ ਦੀ ਫੁਟਾਰ ਵੇਖੀ ਆ। ਹੋ ਸਕਦਾ ਵਾ ਕਿ ਇੱਕ ਮੁੰਜਰ ਦਾ ਫਰਕ ਆਵੇ, ਪਰ ਉੱਥੇ ਦਾਣਿਆਂ ਦਾ ਬਹੁਤ ਫਰਕ ਸੀ। ਉੱਥੇ ਸਾਵੇ ਦੇ ਵਿੱਚ 230 ਦਾਣੇ ਸੀ ਅਤੇ ਕਵੇਰੀ ਦੇ ਵਿੱਚ 385 ਦਾਣੇ ਸੀ, 150 ਦਾਣੇ ਦਾ ਦਾਣੇ 'ਚ ਫਰਕ ਉੱਥੇ ਆ ਰਿਹਾ ਸੀ ਵੱਟ ਨਾ ਵੱਟ।
ਉਹਨਾਂ ਦੀ 1500 ਨੌ ਉਹਦੇ ਵਿੱਚ ਵੀ ਬੜੀ ਮਿਸਿੰਗ ਆ ਜਿਹੜੀ ਗੇਤੀ ਲੱਗੀ ਆ। ਸੋ ਭਰਾਓ ਮੌਸਮ ਦਾ ਕਸੂਰ ਆ, ਨਾ ਤੁਹਾਡਾ ਕਸੂਰ ਆ, ਨਾ ਕਿਸੇ ਦੁਕਾਨਦਾਰ ਦਾ ਕਸੂਰ ਆ, ਨਾ ਕੰਪਨੀ ਦਾ ਕਸੂਰ ਆ, ਪਰ ਸੋਮਵਾਰ ਤੋਂ ਕੰਪਨੀ ਦੀਆਂ ਘੱਟ ਤੋਂ ਘੱਟ 30 ਤੋਂ 40 ਟੀਮਾਂ ਦੁਕਾਨਦਾਰਾਂ ਦੀਆਂ ਵੱਟਾਂ 'ਤੇ ਆ ਰਹੇ, ਜਿਹੜੇ ਰਿਸਰਚ ਵਾਲੇ ਨੇ ਬੀ ਬਣਾਇਆ ਹੈਦਰਾਬਾਦ ਤੋਂ ਉਹ ਵੀ ਆ ਰਹੇ ਆ। ਕੋਈ ਵੱਟ ਇਹੋ ਜਿਹੀ ਨਹੀਂ ਰਹਿਣੀ ਜਿੱਥੇ ਕੋਈ ਕਿਸਾਨ ਭਰਾ ਨੂੰ ਨੁਕਸਾਨ ਹੁੰਦਾ ਹੋਵੇ ਅਤੇ ਕੰਪਨੀ ਵਾਲਾ ਕੋਈ ਵੱਟ 'ਤੇ ਨਾ ਆਵੇ, ਤੁਹਾਡੀਆਂ ਵੱਟਾਂ 'ਤੇ ਕੰਪਨੀ ਵਾਲੇ ਟੀਮਾਂ ਬਣਾ ਕੇ ਵੀ ਇਹ ਪ੍ਰੋਬਲਮ ਹਾਈ ਟੈਂਪਰੇਚਰ 'ਚ ਆਈ, ਚਲੋ ਆਈ ਕਿਉਂ। ਸੋ ਕਿਸਾਨ ਭਰਾਓ ਬੇਨਤੀ ਕਰੂੰਗਾ, ਮੈਂ ਕਿਹਾ ਨੇ ਝੋਨਾ 15 ਨੂੰ ਲਾਉਣ ਨੂੰ ਕਿਹਾ ਸੀ, ਆਪਾਂ ਜ਼ਿਆਦਾ ਗੇਤਾ ਲਾ ਕੇ ਨੁਕਸਾਨ ਕੀਤਾ ਮੇਰੇ ਵੀਰ। 15 ਨੂੰ ਕਿਹਾ ਸੀ, ਜਿਨ੍ਹਾਂ ਨੇ 10-11 ਨੂੰ ਲਾਇਆ ਉਹ ਤਾਂ ਠੀਕ ਰਲਦੇ ਮਿਲਦੇ, ਪਰ ਜਿਨ੍ਹਾਂ ਨੇ ਹੋਰ 4-5 ਦਿਨ ਪਹਿਲਾਂ ਲਾ ਲਿਆ ਉਹਨਾਂ ਮੇਰੇ ਕਿਸਾਨ ਭਰਾਵਾਂ ਦਾ ਨੁਕਸਾਨ ਰੀਅਲ ਦੇ ਵਿੱਚ 4-5 ਕੁਇੰਟਲ ਝੋਨੇ ਦਾ ਹੋਣਾ ਵਾ। ਸੋ ਉਹਦੇ ਲਈ ਕੋਈ ਵੀ ਜ਼ਿੰਮੇਵਾਰ ਨਹੀਂ ਹੈਗਾ, ਨਾ ਕਿਸਾਨ ਜ਼ਿੰਮੇਵਾਰ ਆ, ਉਹਨੇ ਪੂਰੀ ਚੜ੍ਹਦੀ ਕਲਾ 'ਚ ਵਧੀਆ ਸਪਰੇਅ ਕੀਤੀ ਆ, ਨਾ ਕੋਈ ਦੁਕਾਨਦਾਰ ਜ਼ਿੰਮੇਵਾਰ ਹੈ ਅਤੇ ਕੰਪਨੀ ਆਪਣੇ ਕੰਮ ਤੋਂ ਪਛਾਣ ਨਹੀਂ ਹਟਦੀ। ਕੰਪਨੀ ਤੁਹਾਡੇ ਵੱਟਾਂ 'ਤੇ ਆ ਰਹੀ ਆ, ਆਉਣ ਵਾਲੇ 20-25 ਦਿਨ ਝੋਨੇ ਲਈ ਬਹੁਤ ਕਰੂਸ਼ਲ ਆ। ਪਰਾਲੀ ਆਪਾਂ ਸਾਂਭ ਲਈ ਆ, ਦਾਣਿਆਂ ਦਾ ਵੇਲਾ ਹੋਣ ਆਇਆ ਵਾ। ਝੋਨੇ ਦੂਜੇ ਤੀਜੇ ਦਿਨ ਜਾ ਕੇ ਵੇਖਿਆ ਕਰੋ ਕਿ ਸਾਡੇ ਝੋਨੇ ਦੇ ਵਿੱਚ ਸੀਥ ਬਲਾਈਟ ਜਾਂ ਤੇਲਾ ਤਾਂ ਨਹੀਂ ਆ ਗਿਆ, ਜੇ ਆ ਗਿਆ ਤਾਂ ਬਹੁਤੀ ਹਲਕੀ ਸਪਰੇਅ ਮਾਰੋ, ਬਹੁਤੇ ਮਹਿੰਗੀ ਟੈਕਨੀਕਲ ਆ, ਮਗਰ ਹੁਣ ਨੱਠਣ ਦੀ ਲੋੜ ਨਹੀਂ ਕਿਉਂਕਿ ਤੁਸੀਂ ਸਿਰਫ 20 ਦਿਨ ਕੱਢਣੇ ਆ, ਤਾਂ 20 'ਚੋਂ 12-13 ਦਿਨ ਚੰਗੇ ਨਿਕਲ ਗਏ ਅਤੇ ਆਪਣਾ ਝੋਨਾ ਪੂਰਾ ਹੋ ਜਾਣਾ। ਸੋ ਕਿਸਾਨ ਭਰਾਓ, ਮੈਂ ਜਿਨ੍ਹਾਂ ਜਿਨ੍ਹਾਂ ਪਿੰਡਾਂ 'ਚ ਜਾ ਕੇ ਝੋਨਾ ਵੇਖਿਆ ਜਿਨ੍ਹਾਂ ਜ਼ਿਮੀਂਦਾਰਾਂ ਦਾ, ਉਹਨਾਂ ਦੇ ਨਾਂ ਲੈ ਤੇ ਆ, ਲਾਗਲੇ ਪਿੰਡਾਂ ਵਾਲੇ ਕਿਸਾਨ ਵੀਰ ਉਹਨਾਂ ਨੂੰ ਪੁੱਛ ਸਕਦੇ ਆ ਵੀ ਬਲ ਤੁਹਾਡੀਆਂ ਪੈਲੀਆਂ 'ਚ ਆਇਆ, ਤੁਹਾਡੇ ਦਾਣੇ ਗਿਣੇ ਆ ਕਿ ਨਹੀਂ ਗਿਣੇ, ਤੁਸੀਂ ਸਾਰੇ ਵੇਰਵੇ ਲੈ ਸਕਦੇ ਜੇ ਆਪਣੇ ਲੈਵਲ 'ਤੇ ਆਪਣੀਆਂ ਪੈਲੀਆਂ 'ਚ ਜਾ ਕੇ ਆਪਣੇ ਕਰਕੇ ਆਪਣੇ ਤਜਰਬੇ ਨੂੰ ਆਪਣੇ ਦਿਲ ਨੂੰ ਧਰਵਾਸਾ ਦਿਓ ਕਿ ਨਹੀਂ ਅਸੀਂ ਇੰਨੇ ਹੇਠਲੇ ਪੱਲੇ ਨਹੀਂ ਹੈਗੇ, ਅਸੀਂ ਰਲਦੇ ਮਿਲਦੇ 'ਚ ਹੈਗੇ ਹਾਂ। ਸੋ ਵਾਸਤੇ ਰਹੋ, ਤਕੜੇ ਹੋ ਕੇ ਕਮਾਈਆਂ ਕਰੋ, ਸੱਚੀ ਸੁੱਚੀ ਕਮਾਈ ਕਰੋ, ਨਾਮ ਜਪੋ, ਕਿਰਤ ਕਰੋ ਅਤੇ ਵੰਡ ਛਕੋ, ਬੇਨਤੀਆਂ ਪ੍ਰਵਾਨ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।